ਬੀਜੇਪੀ ਦੇ ਉਮੀਦਵਾਰ ਰਾਜੇਸ਼ ਬਾਗਾ ਦੇ ਹੱਕ 'ਚ ਅਕਾਲੀ ਭਾਜਪਾ ਦੀ ਲੀਡਰਸ਼ਿਪ ਵੱਲੋਂ ਚੋਣ ਪ੍ਰਚਾਰ 'ਚ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ ਅਤੇ ਉਹਨਾਂ ਵੱਲੋਂ ਹਲਕੇ ਦੇ ਇੱਕ ਇੱਕ ਵੋਟਰ ਨਾਲ ਸਾਂਝ ਪਾਈ ਜਾ ਰਹੀ ਹੈ। ਇਸ ਨੂੰ ਲੈ ਕੇ ਅੱਜ ਪਿੰਡ ਤੁੱਕਾਂ, ਜਗਪਾਲਪੁਰ, ਬਰਨਾ, ਬਬੇਲੀ, ਰਾਣੀਪੁਰ ਅਤੇ ਹੋਰ ਵੱਖ ਵੱਖ ਪਿੰਡਾਂ 'ਚ ਰਾਜੇਸ਼ ਬਾਗਾ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਨੂੰ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਸੋਮ ਪ੍ਰਕਾਸ਼ ਵੱਲੋਂ ਉਹਨਾਂ ਦੇ ਪਿੰਡਾਂ ਦਾ ਕਾਫੀ ਵਿਕਾਸ ਕੀਤਾ ਗਿਆ ਹੈ ਅਤੇ ਉਹ ਆਸ ਕਰਦੇ ਹਨ ਕਿ ਰਹਿੰਦਾ ਵਿਕਾਸ ਰਾਜੇਸ਼ ਬਾਗਾ ਪੂਰਾ ਕਰਨਗੇ। ਉਹਨਾਂ ਭਰੋਸਾ ਦਿੱਤਾ ਹੈ ਕਿ ਉਹ ਇੱਕ ਇੱਕ ਵੋਟ ਅਕਾਲੀ ਭਾਜਪਾ ਦੇ ਹੱਕ 'ਚ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਪਿੰਡ ਬਬੇਲੀ ਬਵਰਾਂ ਜੀ ਵਿਖੇ ਸਾਡੇ ਲੀਡਰ ਸਾਹਿਬਾਨ ਬਾਗਾ ਸਾਹਿਬ, ਜਰਨੈਲ ਸਿੰਘ ਬਾਹਦ ਸਾਹਿਬ, ਸਰਵਣ ਸਿੰਘ ਕਲਾਰ ਅਤੇ ਹੋਰ ਪਤਵੰਤ ਸੱਜਣ ਆਏ ਆ ਵੋਟਾਂ ਮੰਗਣ ਵਾਸਤੇ ਆਏ ਨਗਰ ਦੇ ਵਿੱਚ। ਸੋ ਸਾਡਾ ਨਗਰ ਸਾਰਾ ਵੱਧ ਚੜ੍ਹ ਕੇ ਇਹਨਾਂ ਨੂੰ ਵੋਟਾਂ ਪਾਊਗਾ। ਪਹਿਲਾਂ ਸੋਮ ਪ੍ਰਕਾਸ਼ ਨੇ ਕਾਫੀ ਇੱਥੇ ਵਿਕਾਸ ਕੀਤਾ ਜੋ ਕਿ ਹੁਣ MP ਬਣ ਚੁੱਕੇ ਨੇ। ਸੋ ਅਸੀਂ ਬਾਗਾ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਕਿ ਤੁਸੀਂ ਵੀ ਜਿਹੜੇ ਸਾਡੇ ਉਹਨਾਂ ਦੇ ਕੰਮ ਕੁਛ ਅਧੂਰੇ ਰਹਿ ਗਏ, ਜਿੱਦਾਂ ਪਿੰਡ ਦੀ ਜ਼ਮੀਨ ਦਾ ਰਹਿ ਗਿਆ, ਚੋਈ ਦਾ ਰਹਿ ਗਿਆ, ਹੋਰ ਛੋਟੇ ਮੋਟੇ ਕੰਮ ਹੈ, ਉਹ ਅਸੀਂ ਚਾਹੁੰਦੇ ਕਿ ਸਾਡੇ ਨਗਰ ਦੇ ਹੋਣ, ਕਿਉਂਕਿ ਸਾਡਾ ਜਿਹੜਾ ਪਿੰਡ ਹੈ ਉਹ ਬਬੇਲੀ ਬਬਰਾਂ ਦੀ ਆ, 86 ਪਿੰਡ ਹੈ। ਸੋ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਜਿਹੜੇ ਮਾੜੇ ਮੋਟੇ ਛੋਟੇ ਮੋਟੇ ਕੰਮ ਰਹਿ ਗਏ ਆ, ਉਹ ਜਿਹੜੇ ਜ਼ਰੂਰੀ ਆ, ਜਿਵੇਂ ਕਿ ਆਪਣੇ ਚੋਈ ਆ, ਗੰਦਾ ਪਾਣੀ ਜਾਂਦਾ ਆ, ਉਹ ਬੜਾ ਉੱਥੇ ਜਮ੍ਹਾਂ ਹੋ ਜਾਂਦਾ ਅਤੇ ਉਹ ਲੋਕਾਂ ਨੂੰ ਬੜੀ ਦਿੱਕਤ ਆਉਂਦੀ ਆ। ਕਿਹੜੀ ਪਿੰਡ ਦੀ ਫਿਰਨੀ ਆ, ਉਹਦਾ ਵਿਕਾਸ ਹੋਣ ਵਾਲਾ, ਉਹ ਨਵੀਂ ਬਣਨ ਵਾਲੀ ਆ, ਪਾਣੀ ਖੜਾ ਜਗ੍ਹਾ ਜਗ੍ਹਾ ਘਰਾਂ 'ਤੇ ਲੰਘਣ ਨੂੰ ਬੜੀ ਤੰਗੀ ਆ। ਸੋ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਤੁਹਾਨੂੰ ਜਿਤਾਵਾਂਗੇ। ਸੋ ਇਹ ਵਾਅਦਾ ਕਰਕੇ ਗਏ ਸਾਡੇ ਨਾਲ ਵੀ ਸਾਨੂੰ ਮੌਕਾ ਮਿਲਿਆ ਤਾਂ ਅਸੀਂ ਇਹਦਾ ਪਿੰਡ ਦਾ ਵਿਕਾਸ ਰਹਿੰਦਾ ਉਹ ਪੂਰਾ ਕਰਾਂਗੇ। ਸੋ ਸਾਨੂੰ ਇਹਨਾਂ 'ਤੇ ਆਸਾਂ ਹੈ ਅਤੇ ਅਸੀਂ ਸਾਨੂੰ ਇਹਨਾਂ 'ਤੇ ਆਸਾਂ, ਇਹਨਾਂ ਨੂੰ ਸਾਡੇ 'ਤੇ ਆਸਾਂ, ਰਲ ਮਿਲ ਕੇ ਸਾਰੇ ਜੀ ਤਾਂ ਇਹਨਾਂ ਦਾ ਇਹਨਾਂ ਨੂੰ ਜਿਤਾਵਾਂਗੇ। ਸੋ ਇਹ ਸਾਡੇ ਨਗਰ ਦਾ ਅੱਗੇ ਦਾ ਖਿਆਲ ਰੱਖਣਗੇ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਰਾਜੇਸ਼ ਬਾਗਾ, ਅਕਾਲੀ ਆਗੂ ਸਰਵਨ ਸਿੰਘ ਕੁਲਾਰ ਤੋਂ ਇਲਾਵਾ ਅਕਾਲੀ ਭਾਜਪਾ ਲੀਡਰ ਅਤੇ ਵਰਕਰ ਹਾਜ਼ਰ ਸਨ। ਬਿਊਰੋ ਰਿਪੋਰਟ, ਸਾਂਝ ਟੀਵੀ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।